Alam ko kung saan ka. ਗੋਲਾ ਬਣਾ ਕੇ ਮੱਥੇ 'ਚ ਮਾਰੋ ਕਿਸੇ ਦੇ ਆਪਣੀ ਕੁੜੀ ਹਰਜੀਤ ਕੌਰ ਬਡਰੁੱਖਾਂ ਦੀ ਦਾ ਵੀਡੀਓ ਵਾਲੀ ਗੱਲ ਕਹੀ ਆ ਜੋ ਆਪਾਂ ਬਣਾਉਣੇ ਆ ਪ੍ਰਸ਼ਾਦ ਹੈ ਨਾ ਬ੍ਰੈਡਾਂ ਦਾ ਤੇ ਆਪਣੇ ਕੋਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਫਤਿਹ ਬਟੀਕਾ ਲਿਆ ਅੱਜ ਤੁਹਾਨੂੰ ਪ੍ਰਸ਼ਾਦ ਬਣਾ ਕੇ ਖਵਾਉਣੇ ਆ ਤੁਸੀਂ ਸੋਚੋਗੇ ਸ਼ਾਇਦ ਕੱਪੜੇ ਦਾ ਕੰਮ ਹੀ ਆਉਂਦਾ ਨਾ ਸਟਿਚਿੰਗ ਵੀ ਹੋਰ ਕੋਈ ਕੰਮ ਨਹੀਂ ਆਉਂਦਾ ਅਸੀਂ ਦਿਖਾਉਣਾ ਚਾਹੁੰਦੇ ਵੀ ਸਾਨੂੰ ਹੋਰ ਵੀ ਕੰਮ ਆ ਵੀ ਮੁਲਾਜ਼ਮ ਰੱਖੇ ਹੋਣੇ ਰੋਟੀ ਪਕਾਉਣ ਵਾਸਤੇ ਮੁਲਾਜ਼ਮ ਕਹਾਂ ਸਾਨੂੰ ਦਿਹਾੜੀ ਦੇ ਦਿਆ ਕਰੋ ਤੇ ਹੈ ਨਾ ਅੱਜ ਅਸੀਂ ਪ੍ਰਸ਼ਾਦ ਬਣਾਉਣ ਚੱਲੇਂਗੇ ਤੁਸੀਂ ਸੂਜੀ ਦਾ ਪ੍ਰਸ਼ਾਦ ਵੀ ਦੇਖਿਆ ਉਹ ਖਾਦਾ ਹੋਊਗਾ ਆਟੇ ਦਾ ਵੀ ਤੇ ਅੱਜ ਆਪਾਂ ਬ੍ਰੈਡਾਂ ਦਾ ਬਣਾਵਾਂਗੇ ਇੱਕ ਬ੍ਰਾਊਨ ਬ੍ਰੈਡ ਨੇ ਸਾਡੇ ਕੋਲ ਇੱਕ ਦੇਖੋ ਇਹ ਸਿੰਪਲ ਬ੍ਰੈਡ ਨੇ ਤੁਸੀਂ ਬ੍ਰਾਊਨ ਬ੍ਰੈਡ ਨਹੀਂ ਲੈਣੇ ਕਿਉਂਕਿ ਆਪਾਂ ਨੇ ਇਹ ਵਾਲੇ ਲੈਣੇ ਨੇ ਠੀਕ ਹੈ ਇਹਨੂੰ ਆਪਾਂ ਫਰਿੱਜ 'ਚ ਰੱਖ ਦਿੰਦੇ ਹਾਂ ਤੇ ਆਪਾਂ ਗੈਸ ਚਲਾਉਂਦੇ ਹਾਂ ਬ੍ਰੈਡ ਵੀ ਹੁਣ ਪਹਿਲਾਂ ਤਾਂ ਆਪਣੀ ਜਿਹੜੀ ਕੜਾਈ ਆ ਸਾਰਾ ਕੁਝ ਆਪਾਂ ਧੋ ਲਿਆ ਉਹਨੂੰ ਹਨਾ ਜਿਹੜੀ ਚੀਜ਼ ਬਣਾਉਣੀ ਆ ਤਾਂ ਬਣਾਉਣੀ ਆ ਫਿਰ ਹੁਣ ਇਹਦਾ ਮਤਲਬ ਕਿ ਮੂੰਹ ਨੂੰ ਸਿੱਕਲੀਆਂ ਲਾ ਲਈ ਨਹੀਂ ਮੂੰਹ ਨੂੰ ਸਿੱਕਲੀਆਂ ਮਹਿੰਗਾਈ ਆ ਗਈ ਫਿਰ ਉਹ ਇਹਦਾ ਮਤਲਬ ਕੁਝ ਨਾ ਖਾਓ ਉਹ ਤਾਂ ਠੀਕ ਹੈ ਹੁਣ ਤੁਸੀਂ ਵੇਖੋ ਨਾ ਜਿਹੜਾ ਇਹ ਬ੍ਰੈਡ ਹੈਗਾ ਨਾ ਆ ਵਾਈਟ ਵਾਲਾ ਤੁਸੀਂ ਇਹ ਲੈ ਲਓ ਇਹਦੇ ਜਿਹੜਾ ਆ ਸਾਈਡ ਵਾਲਾ ਪਾਰਟ ਹੈ ਇਹਨੂੰ ਤੁਸੀਂ ਉਤਾਰ ਸਕਦੇ ਹੋਗੇ ਠੀਕ ਹੈ ਇਹਨੂੰ ਦੇਸੀ ਘੀ ਹੈਗਾ ਹੈ ਨਾ ਦੇਸੀ ਘਿਓ ਦੇ ਵਿੱਚ ਆਪਾਂ ਬਣਾਵਾਂਗੇ ਤੁਹਾਡੀ ਮਰਜ਼ੀ ਹੈ ਤੁਸੀਂ ਰਿਫਾਈਨ 'ਚ ਜਾਂ ਦੂਜੇ ਘਿਓ 'ਚ ਵੀ ਬਣਾ ਸਕਦੇ ਹੋ ਠੀਕ ਹੈ ਤੁਹਾਡੀ ਇੱਛਾ ਜੀ ਤੁਸੀਂ ਕਿਸੇ ਵੀ ਚੀਜ਼ 'ਚ ਬਣਾ ਸਕਦੇ ਹੋ ਆ ਲਓ ਜਿੰਨਾ ਕੁ ਪਾਉਣਾ ਤੁਸੀਂ ਪਾ ਲਓ ਦੇਸੀ ਘਿਓ ਆਪਾਂ ਨੇ ਇਹਦੇ ਵਿੱਚ ਪਾ ਦਿੱਤਾ ਦੇਸੀ ਘਿਓ ਬਹੁਤ ਟੇਸਟੀ ਲੱਗਦਾ ਜਦੋਂ ਹਰੀਤ 'ਤੇ ਹੈ ਨਾ ਨਿਸ਼ਾਨ ਆਇਆ ਸੀ ਨਿਸ਼ਾਨ ਨੂੰ ਆਇਆ ਸੀ ਤਰਨ ਤਰਨ ਵਾਲਿਆਂ ਨੂੰ ਅਸੀਂ ਖਵਾਇਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਨਵੀਆਂ ਨਵੀਆਂ ਡਿਸ਼ਾਂ ਬਣਾ ਕੇ ਖਵਾਵਾਂਗੇ ਤਰਨ ਤਰਨ ਰਾਜੂ ਕੇ ਆਪਣੀ ਕੁੜੀ ਹਰਜੀਤ ਕੌਰ ਬਡਰੁੱਖਾਂ ਜੀ ਦਾ ਪੇਜ ਤੁਸੀਂ ਵੇਖਦੇ ਰਹਿਣਾ ਉਹਦੇ ਸਹੁਰੇ ਆਏ ਸਾਡੇ ਕੋਲ ਅਸੀਂ ਨੇ ਭਾਈ ਉਹਨਾਂ ਨੂੰ ਬ੍ਰੈਡਾਂ ਦਾ ਪ੍ਰਸ਼ਾਦ ਬਣਾ ਕੇ ਖਵਾਇਆ ਉਹ ਤਾਂ ਉਂਗਲਾਂ ਚੱਟਦੇ ਰਹੇ ਕਹਿੰਦੇ ਕਮਾਲ ਆ ਇੰਨਾ ਸਵਾਦ ਪਤਾ ਨਹੀਂ ਲੱਗਿਆ ਉਹਨਾਂ ਨੂੰ ਵੀ ਹੈ ਯਾਰ ਹਾਂ ਵੀ ਹੈ ਕੀ ਚੀਜ਼ ਆ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਬਹੁਤ ਜ਼ਿਆਦਾ ਤੇ ਤੁਸੀਂ ਮਤਲਬ ਕਿ ਬਣਾ ਕੇ ਦੇਖਿਓ ਘਰ 'ਚ ਬਹੁਤ ਘੈਂਟ ਲੱਗਦਾ ਬਹੁਤ ਵਧੀਆ ਲੱਗਦਾ ਕਿਆ ਹੋਇਆ ਕੁਛ ਨਹੀਂ ਕੋਈ ਕੰਮ ਤਾਂ ਨਾ ਕਰਾਓ ਕੰਮ ਛੁਡਵਾ ਸਕਦੇ ਹਾਂ ਛੁਡਾ ਸਕਦੇ ਹਾਂ ਹਾਂ ਚਲੋ ਅੱਜ ਬਣਾ ਕੇ ਖਵਾਉਣੇ ਸੱਚੀ ਬਹੁਤ ਟੇਸਟੀ ਹੁੰਦਾ ਅੱਜ ਤੱਕ ਜਿੰਨੇ ਕੁ ਨੇ ਖਾਧਾ ਨੂੰ ਬਹੁਤ ਸਵਾਦ ਹੁੰਦਾ ਸੀ ਪੁੱਛਿਆ ਵੀ ਆ ਵੀ ਹੈ ਕੀ ਆਈਟਮ ਹੈ ਖਾਣ ਵੇਲੇ ਵੀ ਨਹੀਂ ਪਤਾ ਲੱਗਦਾ ਵੀ ਬਣੇਗਾ ਆਪਾਂ ਦੱਸਣਾ ਪੈਂਦਾ ਦੱਸ ਦੇ ਆਪਾਂ ਉਸ ਬੰਦੇ ਨੂੰ ਜਿਹੜੇ ਬੰਦੇ ਨੂੰ ਐ ਹੁੰਦਾ ਵੀ ਹਾਂ ਇਹ ਬਣਾ ਸਕਦਾ ਕੁਝ ਕਰ ਸਕਦਾ ਹਾਂ ਆ ਦੇਖੋ ਆਪਾਂ ਸਾਰੇ ਪਾ ਲਾਂਗੇ ਬ੍ਰੈਡ ਕਿਉਂਕਿ ਸਵਾਦ ਜ਼ਿਆਦਾ ਹੁੰਦਾ ਫਿਰ ਸਾਰਿਆਂ ਨੂੰ ਥੋੜਾ ਥੋੜਾ ਹੋਊਗਾ ਮੈਨੂੰ ਤਾਂ ਆ ਉੱਪਰਲੇ ਦੋਨੇ ਸਾਈਡਾਂ ਵਾਲੇ ਜਿਹੜੇ ਬ੍ਰੈਡ ਨੇ ਉਹ ਆਪਾਂ ਲਾ ਕੇ ਰੱਖ ਦਿੰਦੇ ਸਾਈਡ ਗੋਲਾ ਬਣਾ ਕੇ ਮੱਥੇ 'ਚ ਮਾਰੋ ਕਿਸੇ ਦੇ ਸੱਚ ਆਪਣਾ ਦੁੱਧ ਉੱਧਰ ਪਿਆ ਕਾਊਂਟਰ ਤੇ ਹਾਂ ਮੈਂ ਲੈ ਕੇ ਆਉਂਦਾ ਦੁੱਧ ਵੀ ਚਾਹੀਦਾ ਇਹਨੂੰ ਬਣਾਉਣ ਲਈ ਘਿਓ ਚਾਹੀਦਾ ਖੰਡ ਚਾਹੀਦੀ ਹੈ ਬ੍ਰੈਡ ਚਾਹੀਦੇ ਨੇ ਦੁੱਧ ਚਾਹੀਦਾ ਚਾਰ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਚਾਹੀਦੀਆਂ ਨੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਬਣਦਾ ਕਿਵੇਂ ਆ ਅਤੇ ਇਹਦਾ ਟੇਸਟ ਕਿੱਦਾਂ ਦਾ ਹੁੰਦਾ ਤੁਸੀਂ ਬਣਾ ਕੇ ਖਾ ਕੇ ਵੇਖਿਓ ਫਿਰ ਤੁਸੀਂ ਕਹੋਗੇ ਵੀ ਹਾਂ ਸੱਚਿਓ ਜਿੱਦਾਂ ਤੁਹਾਡੀ ਸਟਿਚਿੰਗ ਬਹੁਤ ਵਧੀਆ ਹੁੰਦੀ ਆ ਅਤੇ ਤੁਹਾਡਾ ਵਰਕ ਬਹੁਤ ਵਧੀਆ ਹੁੰਦਾ ਅਤੇ ਉੱਦਾਂ ਵੀ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਗਾ ਇੰਨਾ ਸਵਾਦ ਵੀ ਉਂਗਲਾਂ ਚੱਟਦੇ ਰਹਿ ਜਾਣਗੇ ਤੁਹਾਡੇ ਰਿਸ਼ਤੇਦਾਰ ਵੀ ਆਹ ਵਾਲਾ ਹੋ ਗਿਆ ਹੁਣ ਇਹ ਜਿਹੜਾ ਆਪਣਾ ਦੇਖੋ ਘਿਓ ਆ ਨਾ ਗਰਮ ਹੋ ਚੁੱਕਿਆ ਇਹਦੇ ਵਿੱਚ ਇਹਨੂੰ ਪਾ ਦਿਓ ਠੀਕ ਹੈ ਜੀ ਘਿਓ ਦੀ ਗੱਲ ਇਹ ਨਾ ਸੋਚੀ ਚੱਲਿਓ ਵੀ ਭਾਈ ਭੈਣੋ ਜੋ ਵੀ ਬਣਾਓਗੇ ਵੀ ਕਿਤੇ ਦੇਸੀ ਘਿਓ ਹੀ ਚਾਹੀਦਾ ਤੁਹਾਡੀ ਮਰਜ਼ੀ ਆ ਤੁਸੀਂ ਅੰਗਰੇਜ਼ੀ ਘਿਓ ਮਤਲਬ ਕਿ ਜਿਹੜਾ ਦੂਜਾ ਹੁੰਦਾ ਰਿਫਾਈਂਡ ਘਿਓ ਰਿਫਾਈਂਡ ਘਿਓ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੁਹਾਡੀ ਇੱਛਾ ਜੀ ਸਭ ਤੋਂ ਪਹਿਲਾਂ ਆਪਾਂ ਘਿਓ ਗਰਮ ਕੀਤਾ ਵੀ ਉਸ ਤੋਂ ਬਾਅਦ ਬ੍ਰੈਡਾਂ ਨੂੰ ਮਤਲਬ ਕਿ ਹੱਥਾਂ ਨਾਲ ਕਾਫੀ ਉਹ ਕਰ ਲਿਆ ਬਰੀਕ ਬਰੀਕ ਤੇ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਇਹਦੇ ਵਿੱਚ ਪਾਤਾ ਨਾ ਬ੍ਰੈਡਾਂ ਨੂੰ ਹੁਣ ਦੇਖੋ ਦੇਸੀ ਘਿਓ ਤੇ ਬ੍ਰੈਡਾਂ ਨੂੰ ਆਪਾਂ ਗਰਮ ਕਰ ਰਹੇ ਹਾਂ
ਸਮੈਲ ਇਹਦੀ ਜਿਹੜੀ ਖੁਸ਼ਬੂ ਆ ਉਹ ਵੀ ਇੰਨੀ ਜ਼ਿਆਦਾ ਵਧੀਆ ਆ ਰਹੀ ਆ। ਤੁਸੀਂ ਵੀ ਜ਼ਰੂਰ ਬਣਾਇਓ। ਅਸੀਂ ਬ੍ਰੈਡਾਂ ਦੀ ਗੁਲਾਬ ਜਾਮਣਾ ਵੀ ਬਣਾਉਂਦੇ ਹੁੰਦੇ ਸੀ। ਕੀ ਬਾਤ ਹੈ, ਉਹ ਤਾਂ ਮੈਂ ਵੀ ਬਣਾਈ ਨਹੀਂ, ਮੈਂ ਵੀ ਬਣਾਈ ਨਹੀਂ। ਬ੍ਰੈਡਾਂ ਨੂੰ ਦੁੱਧ 'ਚ ਭਿਉਂ ਕੇ ਐਵੇਂ ਐਵੇਂ ਕਰਕੇ ਫਿਰ ਉਹਦੇ 'ਚ ਉਹ ਰੱਖ ਕੇ ਖੋਆ ਉਵੇਂ ਅਸੀਂ ਬ੍ਰੈਡਾਂ ਦੀਆਂ ਜਲੇਬੀਆਂ ਵੀ ਬਣਾ ਲੈਂਦੇ ਸੀ। ਜਿਹੜੇ ਮੇਰੇ ਸਾਲੇ ਮੇਰੇ ਆਰਡਰ ਉਡਰ ਲੈਂਦੇ ਨੇ ਵਿਆਹਾਂ ਸ਼ਾਦੀਆਂ ਦੇ, ਇਹ ਬ੍ਰੈਡਾਂ ਦੀਆਂ ਬਣਾ ਬਣਾ ਤਾਂ ਨਹੀਂ ਦੇਈ ਜਾਂਦੇ ਕਿਤੇ। ਆਪਣੇ ਕੋਲ ਚੀਨੀ ਹੋਣੀ ਚਾਹੀਦੀ ਆ, ਆਪਣੇ ਕੋਲ ਦੁੱਧ ਹੋਣਾ ਚਾਹੀਦਾ, ਤੇ ਆਪਣੇ ਕੋਲ ਚੀਨੀ ਹੋਣੀ ਚਾਹੀਦੀ ਆ, ਦੁੱਧ ਹੋਣਾ ਚਾਹੀਦਾ। ਇਹ ਆਪਣੇ ਕੋਲ ਇਹਦੇ ਵਿੱਚ ਯੂਜ ਕਰਨ ਲਈ ਹਨਾ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇਹਨੂੰ ਦੇਖੋ ਤੁਸੀਂ ਐਵੇਂ ਹਲਕਾ ਹਲਕਾ ਭੁੰਨੀ ਚੱਲੋ, ਦੇਸੀ ਘਿਓ ਦੇ ਵਿੱਚ ਪਾ ਕੇ। ਆਪਣਾ ਵੀਡੀਓ ਚੱਲ ਦੇਖਣ ਲੱਗ ਜਾਣੀ ਆ ਤਾਂ ਹੁਣ ਹੌਲੀ ਹੌਲੀ ਚੱਲਣਗੇ। ਸ਼ੇਅਰ ਵੀ ਹੁਣ ਵਿਚਾਰੇ ਹੁਣ ਕਈ ਵਾਰ ਇੱਧਰ ਉੱਧਰ ਮੇਰੇ ਵਰਗੇ ਦਾ ਧਿਆਨ WhatsApp ਤੇ ਵੱਗ ਜਾਂਦਾ, ਮੁੰਡਾ ਵੀ ਚੱਲ ਕਰਦਾ ਨੇ, ਫਿਰ ਕਈ ਵਾਰ ਹੋਰ ਪਾਸੇ ਵੀ ਵੱਗ ਜਾਂਦਾ। ਆਪਾਂ ਬਣਾਈ ਜਾਂਦੇ ਆ, ਦੇਖੋ ਦੇਖੋ ਕਿੰਨਾ ਟਾਈਮ ਲੱਗ ਜਾਂਦਾ ਜੀ ਇਹਨੂੰ। ਬਸ ਇਹਨਾਂ ਦਾ ਜ਼ਿਆਦਾ ਟਾਈਮ ਤਾਂ ਨਹੀਂ ਲੱਗਦਾ, 5-7 ਮਿੰਟ ਹੀ ਲੱਗ ਜਾਂਦੇ ਵੱਧ ਤੋਂ ਵੱਧ। ਵਿੱਚ ਜਿੰਨਾ ਕੁ ਤੁਸੀਂ ਟੇਸਟ ਕਰਦੇ ਹੋ ਨਾ ਮਿੱਠਾ, ਜੇ ਤੁਹਾਡੀ ਫੈਮਿਲੀ 'ਚ ਜ਼ਿਆਦਾ ਮਿੱਠਾ ਖਾਂਦਾ ਤਾਂ ਜ਼ਿਆਦਾ ਪਾ ਲਿਓ, ਜੇ ਘੱਟ ਖਾਂਦੇ ਹੋ ਤਾਂ ਫਿਰ ਸਾਡੇ ਵਾਂਗੂ ਮੈਂ ਤਾਂ ਥੋੜ੍ਹਾ ਘੱਟ ਖਾਂਦੀ ਹਾਂ। ਇਹਦੇ ਵਿੱਚ ਸ਼ੱਕਰ ਵੀ ਪਾ ਸਕਦੇ ਆਪਾਂ? ਨਾ ਨਾ ਸ਼ੱਕਰ ਨਾ, ਸ਼ੱਕਰ ਨਹੀਂ ਖਾਣ 'ਚ, ਇੰਨੀ ਉਹ ਪਾ ਸਕਦੇ, ਖੰਡ ਪਾ ਸਕਦੇ। ਆਹ ਦੇਖੋ ਇਹ ਪਾ ਲਿਆ, ਗੈਸ ਆਪਾਂ ਘੱਟ ਕਰਤਾ ਸਿੰਘ 'ਤੇ, ਅਤੇ ਆਪਾਂ ਜਿਹੜਾ ਦੁੱਧ ਹੈ ਉਹ ਵੀ ਆਹ ਕੱਪ 'ਚ ਹੀ ਪਾ ਲੈਣਾ, ਕਿਉਂਕਿ ਕਈ ਵਾਰ ਡੁੱਲੇ ਜਾਂਦਾ ਡੋਲੂ 'ਚ ਤਾਂ। ਆਹ ਵੇਖੋ ਤੁਸੀਂ ਚੀਨੀ ਆ ਜਿਹੜੀ ਹੁਣ ਮਿਕਸ ਹੋ ਰਹੀ ਆ ਉਹਦੇ ਵਿੱਚ, ਜਿਵੇਂ ਹੈ ਨਾ ਦੂਜਾ ਪ੍ਰਸ਼ਾਦ ਹੁੰਦਾ ਉਹਦੇ 'ਚ ਪਾਣੀ ਪਾਉਣੇ ਆਪਾਂ, ਇਹਦੇ 'ਚ ਦੁੱਧ ਪਾਉਣੇ ਆ। ਕੁਛ ਤਾਂ ਇਹ ਦੇਖੋ ਬ੍ਰੈਡ ਹੋ ਜਾਂਦੇ ਆ, ਬ੍ਰੈਡ ਵੈਸੇ ਸਵਾਦ ਲੱਗਦੇ ਆ ਨਾ, ਅਤੇ ਕੁਛ ਦੁੱਧ ਹੋ ਜਾਂਦਾ, ਚੀਨੀ ਹੋ ਜਾਂਦੀ ਆ, ਹੁਣ ਘਿਓ ਹੋ ਗਿਆ ਵਧੀਆ ਦੇਸੀ, ਅਤੇ ਇਹ ਸਾਰੀਆਂ ਚੀਜ਼ਾਂ ਕਰਕੇ ਇਹਦਾ ਟੇਸਟ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਬਣੂਗਾ, ਕਿਉਂਕਿ ਨਿਸ਼ਾਨ ਦੇਖ ਹੀ ਰਿਹਾ ਉਹ ਮੇਰੀ ਵੀਡੀਓ ਨੂੰ, ਵੀਰਾ ਵਿਚਾਰਾ ਸਾਡਾ ਭਰਾ, ਉਹ ਕਹਿੰਦਾ ਸੀ ਬਹੁਤ ਬਹੁਤ ਵਧੀਆ ਲੱਗਿਆ ਨਾ ਤੁਹਾਡਾ ਇਹ ਪ੍ਰਸ਼ਾਦ, ਨਾ ਸਾਰਿਆਂ ਨੂੰ ਵਧੀਆ ਲੱਗਿਆ ਸੀ ਨਾ, ਅੱਜ ਕਿਆਣਿਆਂ ਨੂੰ ਸਾਹਿਬ ਸਾਹਿਬ ਵੀ ਆਇਆ ਸੀ, ਉਦੋਂ ਸਾਹਿਬ ਦੀ ਘਰ ਵਾਲੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਆਪਾਂ ਨੇ, ਬਹੁਤ ਟੇਸਟੀ ਲੱਗਿਆ ਸੀ ਉਹਨਾਂ ਨੂੰ। ਇਹਦੇ ਵਿੱਚ ਡਰਾਈ ਫਰੂਟ ਵੀ ਪਾ ਸਕਦੇ ਹੋ, ਜਿਵੇਂ ਤੁਸੀਂ ਨੇ ਉਹ ਬਣਾਉਣ ਤੋਂ ਬਾਅਦ, ਜਿੱਦਾਂ ਹੁਣ ਦੇਖੋ ਇਹ ਦੁੱਧ ਮੈਂ ਪੁਣਿਆ ਹੋਇਆ ਗਾ ਪੁਣਨੀ ਨਾਲ, ਉਸ ਤੋਂ ਬਾਅਦ ਇਹ ਦੁੱਧ ਪਾ ਤਾ, ਡਰਾਈ ਫਰੂਟ ਪਾਏ ਜਾਂਦੇ ਆਪਾਂ, ਡਰਾਈ ਫਰੂਟ ਪਾਉਣੇ ਨੇ ਪਾ ਲਿਓ, ਨਹੀਂ ਬਾਬਾ ਨਾਨਕ ਕਿਰਪਾ ਅੱਜ ਦਾ ਸਕਸੈਸਫੁਲ। ਆ ਲੋ ਡੇਢ ਕੱਪ ਪਾ ਦਈਏ, ਹਾਂ ਡੇਢ ਕੱਪ, ਇੰਨਾ ਕੁ ਤਾਂ ਫਿਰ ਇੰਨਾ ਫਿਰ ਤਾਂ ਪਊਗਾ, ਹਾਂ ਇੰਨਾ ਕੁ ਤਾਂ ਪਊਗਾ, ਕਾਰਨ ਕੀ ਹੈ ਨਾ ਫਿਰ ਇਹ ਫੁੱਲੂਗਾ ਵੀ ਥੋੜ੍ਹਾ ਜਿਹਾ, ਇਹਦਾ ਕਲਰ ਵੀ ਸੋਹਣਾ ਹੁੰਦਾ ਗਾ, ਬਹੁਤ ਸੋਹਣਾ ਕਲਰ ਆ ਜਾਂਦਾ। ਹੈਂਡ ਵਰਕ ਮਸ਼ੀਨ ਵਰਕ ਉਹ ਨਾ ਆ ਜੇ ਕਿਤੇ, ਇਹ ਹੈਂਡ ਵਰਕ ਕੀ ਆਉਂਦਾ, ਤੁਸੀਂ ਵੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਇਹਦਾ ਟੇਸਟ ਬਿਲਕੁਲ ਖੋਏ ਵਾਂਗ ਹੁੰਦਾ, ਜਿਵੇਂ ਖੋਆ ਹੁੰਦਾ, ਕੱਚਾ ਖੋਆ ਨਹੀਂ ਖਾਂਦੇ ਹੁੰਦੇ ਆਪਾਂ ਨਾ, ਜਦੋਂ ਕੱਢਦੇ ਹੁੰਦੇ ਹਾਂ ਤਾਜ਼ਾ ਤਾਜ਼ਾ ਜਿਹਾ, ਸਾਡੀ ਤਾਂ ਆਦਤ ਸੀ ਜੋ ਤਾਜ਼ਾ ਤਾਜ਼ਾ ਖੋਆ ਕੱਢਦੇ ਹੁੰਦੇ ਨਾ, ਪਹਿਲਾਂ ਅਸੀਂ ਕੌਲੀਆਂ ਲੈ ਕੇ ਬਹਿ ਜਾਣਾ ਕੱਚਾ ਖੋਆ, ਫਿਰ ਕੌਲੀਆਂ ਪਾ ਕੌਲੀਆਂ 'ਚ ਮਾੜਾ ਮਾੜਾ ਖੰਡ ਪਾ ਕੇ ਫੇਰ ਖਾਂਦੇ, ਬੜਾ ਟੇਸਟੀ ਹੁੰਦੇ ਸੀ ਉਹ ਵੀ ਸੀ ਕੰਮ। ਹਾਂ ਹਲਵਾਈਆਂ ਦੇ ਘਰ ਜੰਮੇ ਆ ਪਈ, ਹਾਂ ਹਲਵਾਈਆਂ ਦੇ ਘਰ ਪਲੇ ਆ, ਡੈਰੀ ਵਾਲੇ ਪਾ ਦੂੰਗਾ ਨਾ, ਹਾਂ ਹਲਵਾਈ ਤਾਂ ਕਾਹਨੂੰ ਆ, ਡੈਰੀ ਵਾਲੇ ਪਾ ਦੇ ਕੰਮ ਸਾਰੀ ਡੈਰੀ ਵਾਲੇ।
वेखो जेड़ा प्रसाद अपना इन्ना हुण देखो इन्ना जल्दी बन चुका ਉਹ ਕਾਲਾ ਜਿਹਾ ਕਰਨਾ ਪੈਂਦਾ ਨਾ ਮੈਨੂੰ ਵੀ ਘੱਟ ਹੀ ਆਉਂਦਾ ਉਹ ਬਣਾਉਣਾ ਮੈਂ ਤਾਂ ਫਿਰ ਬ੍ਰੈਡਾਂ ਵਾਲਾ ਹੀ ਬਣਾ ਲੈਂਦੀ ਹਾਂ ਬ੍ਰੈਡਾਂ ਵਾਲਾ ਆ ਵੀ ਇਹ 'ਚ ਕੋਈ ਨੁਗੋ 'ਚ ਨਹੀਂ ਕੱਢਦਾ ਨਵੀਂ ਜਿਹੀ ਡਿਸ਼ ਹੁੰਦੀ ਆ ਅਗਲੇ ਨੂੰ ਪਤਾ ਹੀ ਨਹੀਂ ਨਾ ਨਾ ਮਿੱਠੇ ਵਾਲਾ ਤਾਂ ਨਹੀਂ ਚੱਲਣਾ ਵੀ ਜਿਵੇਂ ਹੁਣ ਉਹ 'ਚ ਤਾਂ ਅਗਲੀ ਕਹਿ ਦਿੰਦੀਆਂ ਨੇ ਬੁੜੀਆਂ ਵੀ ਲੈ ਭੈਣੇ ਵਿਹ 'ਚ ਤਾਂ ਬਰਾਬਰ ਮਾਤਰਾ 'ਚ ਆਹ ਚਾਹੀਦਾ ਆਹ ਚਾਹੀਦਾ ਆਹ ਚਾਹੀਦਾ ਉਹ ਤਾਂ ਖਾਸਾ ਕੁਛ ਜਾਂਦਾ ਆਪਾਂ ਨੂੰ ਫਿਰ ਵੀ ਉਨਾ ਹਿਸਾਬ ਨਹੀਂ बनाया प्रसाद थोड़ा जा फ्री सी इसे चलो कुछ बना लिए मिठे च खाने खाने वास्ते पा रहे हैं ਕੌਲੀਆਂ ਦੇ ਵਿੱਚ ਜੇ ਤੁਸੀਂ ਵੀ ਆਉਣਾ ਖਾਣ ਵਾਸਤੇ ਤਾਂ ਆ ਸਕਦੇ ਹੋ ਮੋਸਟ ਵੈਲਕਮ ਖਾਸ ਤੌਰ 'ਤੇ ਸਾਡੇ ਇੰਗਲੈਂਡ ਵਾਲਿਆਂ ਵਾਸਤੇ ਜਿਹੜੇ ਇੰਗਲੈਂਡ ਦੇ ਵਿੱਚ ਬੈਠੇ ਨੇ ਯੂਕੇ ਦੇ ਵਿੱਚ ਪ੍ਰਦੀਪ ਢਿੱਲੋਂ ਹਰਜੀਤ ਕੌਰ ਬਡਰੁੱਖਾਂ ਨਿਸ਼ਾਨ ਸਿੰਘ ਰਾਜੋਕੇ ਜਿਨ੍ਹਾਂ ਦਾ ਫੇਵਰੇਟ ਆ ਇਹ ਅਤੇ ਹੈ ਨਾ ਅਸੀਂ ਮਿਸ ਕਰ ਰਹੇ ਹਾਂ ਜਦੋਂ ਆਉਣਗੀਆਂ ਪੁੱਦ ਬਣਾ ਕੇ ਖਵਾਵਾਂਗੇ ਉਹਨਾਂ ਨੂੰ ਅਤੇ ਸੱਚ ਮੈਂ ਉਹ ਕਹਿਣਾ ਭੁੱਲ ਗਈ ਸੀ ਫਿਰ ਬਾਅਦ 'ਚੋਂ ਮੈਨੂੰ ਸਾਰੇ ਕਹਿਣਗੇ ਵੀਡੀਓ ਵਾਲੀ ਗੱਲ ਤਾਂ ਕਹੀ ਵੀਡੀਓ ਨੂੰ ਆਉਣਾ ਭਾਈ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਕਰ ਦਿਓ ਜ਼ਰੂਰ ਚੱਲਦੇ ਚੱਲਦੇ ਕਹਿਣਾ ਭੁੱਲ ਗਈ ਤੂੰ ਚੱਲ ਐਂਡ ਤੋਂ ਬਾਅਦ ਹੀ ਕਰ ਦਿਓ ਇਮਾਨਦਾਰੀ ਨਾਲ ਅਤੇ ਤੁਸੀਂ ਇਹ ਵੀ ਖਾ ਕੇ ਦੇਖਿਓ ਜ਼ਰੂਰ ਬਹੁਤ ਹੀ ਜ਼ਿਆਦਾ ਟੇਸਟੀ ਜਿਹੜਾ ਬਣੀ ਹੈਗਾ ਪ੍ਰਸ਼ਾਦ ਥੈਂਕ ਯੂ ਜੀ ਥੈਂਕ ਯੂ ਟੇਸਟ ਲੱਗਿਆ ਤੈਨੂੰ ਹਾਂ ਜੀ ਟੇਸਟੀ ਤਾਂ ਫੁੱਲ ਸੀ ਹੈ ਨਾ ਅਤੇ ਆਪਣੇ ਕੋਲ ਆਪਣੇ ਨਾਲ ਘਰ ਵਾਲੇ ਆਏ ਨੇ ਦੇਖਦੇ ਹਾਂ ਉਹਨਾਂ ਤੋਂ ਵੀ ਪੁੱਛਦੇ ਹਾਂ ਉਹਨਾਂ ਨੂੰ ਕੀ ਲੱਗਿਆ ਟੇਸਟੀ ਲੱਗਿਆ ਐਂ ਦੱਸੋ ਪਹਿਲਾਂ ਬਣਿਆ ਕੀ ਹੋਇਆ ਬਣਿਆ ਕੀ ਹੈ ਕਾਹਦਾ ਬਣਾਇਆ ਹੋਇਆ ਨਹੀਂ ਪਤਾ ਹੈ ਉਹ ਨਹੀਂ ਪਤਾ ਪਤਾ ਨਹੀਂ ਲੱਗ ਰਿਹਾ ਟੇਸਟ ਤੋਂ ਵੀ ਨਹੀਂ ਪਤਾ ਲੱਗਦਾ ਨਾ ਹੈਗਾ ਕਾਹਦੇ ਵਰਗਾ ਬ੍ਰੈਡਾਂ ਦਾ ਹਾਂ ਲਾ ਲੈ ਐਸਟੀਮੇਟ ਜੀ ਪਰ ਅੱਧਾ ਘੰਟਾ ਲੱਗ ਗਿਆ ਇਹਨਾਂ ਨੂੰ ਹਾਂ ਟਾਈਮ ਤੇਰੇ ਹੁਣੇ ਚਾਨਕ ਜ਼ਿਆਦਾ ਆ ਗਿਆ ਬ੍ਰੈਡ ਇਹਦਾ ਟੇਸਟ ਖੋਏ ਵਰਗਾ ਹੁੰਦਾ ਨਾ ਬਹੁਤ ਟੇਸਟੀ ਆ ਟੇਸਟੀ ਬਣਿਆ ਨਾ ਐਂ ਐਸਕ੍ਰਿੰਦਰ ਕੌਰ ਦੇ ਹੱਥੋਂ ਮੈਂ ਜਾਦੂ ਮੈਂ ਹੁਣ ਬਣਾਉਣਾ ਸਿਖਾਇਆ ਕਰੂੰ ਠੀਕ ਹੈ ਗਾਈਸ ਤੁਸੀਂ ਜ਼ਰੂਰ ਦੇਖਿਆ ਕਰੋ ਵੀਡੀਓਜ਼ ਨੂੰ वीडियो देखी ना एक अद्धा व्यू आऊगा ਬੱਚੇ ਇਦਾਂ ਨਹੀਂ ਅਸੀਂ ਅਸਲ ਖਾ ਨਹੀਂ ਸਕਦੇ ਆ ਕੇ ਕਿਉਂਕਿ ਨਹੀਂ ਬੱਚੇ ਹਾਂ ਜਦੋਂ ਸਾਡਾ ਜੀ ਕਰੂਗਾ ਅਸੀਂ ਕਹਿ ਦਾਂਗੇ ਤੁਸੀਂ ਬਣਾ ਕੇ ਦੇ ਜਾਇਓ ਜੋਤੀ ਵਾਲਾ ਕੰਮ ਕਰਤਾ ਟੋਸਟਰ ਕੋਆ ਚਾਚੀ ਤੇਰੇ ਸਵਾਲ ਲਾ ਦੇ ਬਣਾ ਅੱਜ ਜੀ ਮੈਂ ਖਾਣੀ ਹੈ ਮੈਨੂੰ ਬਣਾ ਕੇ ਠੀਕ ਜੀ ਟੋਸਟ ਕੱਲ ਨੂੰ ਬਣਾ ਰੋਜ਼ ਇੱਕ ਡਿਸ਼ ਕੰਮ ਕੰਮ ਤਾਂ ਵੇਰ ਹੀ ਦੇਖਾਂ ਸਾਨੂੰ ਫ੍ਰੀ ਹੋਣਾ ਵੀ ਮਸ਼ੀਨ ਹਾਂ ਜੀ ਜਦੋਂ ਜੀ ਕਰਿਆ ਕਰੂਗਾ ਵੀ ਅਸੀਂ ਆਪ ਨਹੀਂ ਬਣਾਇਆ ਕਰਾਂਗੇ ਬਸ ਹੁਣ ਮਾਦਾ ਗਰੀਬ ਬਣਾ ਲਿਆ ਬਾਅਦ ਵੀ ਅਸੀਂ ਆ ਰਹੇ ਬਣਾ ਕੇ ਰੱਖ ਲਿਓ ਐਵੇਂ ਸਾਰੇ ਮੇਰੇ ਤੋਂ ਤੇਲ ਵੀ ਲਵਾਉਣ ਆਉਂਦੇ ਆ ਨਾ ਜਿਹਦੇ ਕਿਸੇ ਦੇ ਹੈਡਏਕ ਹੁੰਦੀ ਹੋਵੇ ਸਿਰ 'ਚ ਸਿਰ ਦਰਦ ਹੋ ਤੇਲ ਵੀ ਲਵਾ ਸਕਦੇ ਹੈਡ ਮਸਾਜ ਫੀਲ ਜ਼ਿਆਦਾ ਲੈ ਗਈ ਅੱਜ ਥੋੜੀ ਨਹੀਂ ਨਹੀਂ ਜ਼ਿਆਦਾ ਹੀ ਨਹੀਂ ਨਹੀਂ ਲੈ ਕਿਉਂ ਮੈਨੂੰ ਆਉਂਦਾ ਤੇਲ ਲਾਉਣਾ ਤੇਲ ਐ ਨਹੀਂ ਆਉਂਦਾ ਪੂਰਾ ਵਧੀਆ ਚੋਂਗਾ ਸਟੈਪਾਂ ਨਾਲ ਮਸਾਜ ਸੱਚੀ ਗਾਈਸ ਤੇ ਬਹੁਤ ਸੋਹਣਾ ਆਉਂਦੇ ਨੇ ਸਤਿੰਦਰ ਕਰ ਹਾਂ ਗਾਈਸ ਪੰਪ ਦੇ ਦੇ ਕੇ ਗਾਈਸ ਲਵਾਉਂਦੇ ਆ ਨਹੀਂ ਹੁੰਦਾ ਗਾਈਸ ਲਾਉਣਾ ਨਹੀਂ ਫਿਰ ਇਹ